ਦਿਲ ਵਾਲੀ ਗੱਲ ਕਦੇ ਦਿਲ ਚ ਲਕੋਈ ਨੀ ਪਰਿਵਾਰ ਦੇ ਅਸੂਲ ਨੇ ਸਾਵਲੀ ਤੂੰ ਸਾਰੇ ਪਰਿਵਾਰ ਦੇ ਅਸੂਲ ਨੇ ਲੈ ਜੂ ਹਨੀਮੂਨ ਤੇ ਕਮਾਉਣ ਤੈਨੂੰ ਉੱਥੇ ਲੈ ਜੂ ਹਨੀਮੂਨ ਤੇ ਕਮਾਉਣ ਜਿਹੜੀ ਕਰੇਗੀ ਰਕਨ ਨੀ ਤੂੰ ਚੂਸ ਕੰਟਰੀ ਓਏ ਚਖਾਣ ਦਾਣ ਬੰਦ ਕੈਦ ਦਿਲ ਦੇ ਗੱਲਾਂ ਦੀ ਫੈਮਿਲੀ ਚ ਹੋਈ ਮੇਰੀ ਗੱਲ ਸੁਣੀ ਸਰਦਾਰਾ ਭੈਣ ਜੀ ਤੁਹਾਨੂੰ ਕਹਿ ਰਹੇ ਮੇਰੀ ਗੱਲ ਸੁਣਾ ਨਾ 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 ਅਰੇ ਸਰ
ਮੇਰੀ ਗੱਲ ਸੁਣੀ ਸਰਦਾਰਾ, ਵੇਖੀ ਆਉਣਾ ਬੜਾ ਨਜ਼ਾਰਾ, ਵੇਖੀ ਆਉਣਾ ਕੋਈ ਨਜ਼ਾਰਾ, ਨਾ ਕੋਈ ਬਹਾਨਾ ਲੱਭਣਾ। ਗੱਲ ਮਤਲਬ ਦੀ ਆ, ਫੋਟੋ ਵਾਲਿਆਂ ਨੂੰ ਬਿਜ਼ੀ ਕਰਦਾ, ਤੁਸੀਂ ਖਿਚਾ ਲਓ ਪਹਿਲਾਂ, ਮੈਂ ਫਿਰ ਆਉਂਦਾ। ਸਾਡਾ ਵੀਰ ਸਰਦਾਰ ਲਖਦੀਪ ਸਿੰਘ ਜੀ, ਲੱਕੀ ਗੱਲ ਸਾਹਿਬ ਨੰਬਰਦਾਰ ਸਾਹਿਬ ਆ ਜਾਓ ਫਿਰ, ਹੁਣ ਤੁਹਾਡੀ ਫਰਮਾਇਸ਼ ਪੂਰੀ ਕਰਦੇ ਤੁਹਾਡੇ ਕਰਕੇ ਬਾਈ ਥੱਲੇ ਉੱਠ ਕੇ ਆ ਜਾਓ, ਹੁਣ ਇੱਦਾਂ ਨਹੀਂ ਗੱਲਬਾਤ ਨਹੀਂ। ਫਿਰ ਜਸਜੀਤ ਸਿੰਘ ਜੀ ਢਿੱਲੋਂ ਸਾਹਿਬ, ਸਰਪੰਚ ਸਾਹਿਬ ਸਾਡੇ ਨਾਵਲ, ਕੁਲਦੀਪ ਸਿੰਘ ਜੀ ਢਿੱਲੋਂ ਸਾਹਿਬ ਦੇ ਤਾਇਆ ਜੀ, ਔਰ ਨਾਲ ਕਿਉਂਕਿ ਸਿਆਣੇ ਕਹਿੰਦੇ ਨੇ ਸਿੱਧੂ ਸਾਹਿਬ ਜੋੜੀਆਂ ਜਾਂ ਗਥੋੜੀਆਂ, ਅਤੇ ਜੋੜੀਆਂ ਬਾਬੇ ਨਾਨਕ ਦੇ ਘਰ 'ਚੋਂ ਬਣ ਕੇ ਆਉਂਦੀਆਂ ਨੇ। ਧਰਤੀ ਸਿਰਫ ਰਸਮ ਆ, ਜਿੱਥੇ ਆਪਾਂ ਸਭ ਰਲ ਮਿਲ ਕੇ ਇਹਨਾਂ ਰਸਮਾਂ ਨੂੰ ਮਾਰ ਰਹੇ ਹਾਂ ਜੀ। ਗੱਲਾਂ ਕਰ ਇਕਰਾਰ ਦੀਆਂ, ਮੈਂ ਸੀਨੇ ਨਾਲ ਲਾ ਰੱਖਿਆ ਤਸਵੀਰਾਂ ਯਾਰ ਦੀਆਂ, ਮੈਂ ਤਸਵੀਰਾਂ ਯਾਰ ਦੀਆਂ। ਉਹ ਮਾਪਿਆਂ ਵਿਆਹ ਦੀ ਤਰੀਕ ਜਦੋਂ ਰੱਖੀ ਵੇ, ਏਦਾਂ ਖੁੱਲੇ ਖੁੱਲੇ ਰਹੋ, ਮਜ਼ਾ ਆਏਗਾ ਤੁਹਾਨੂੰ। ਮਾਪਿਆਂ ਵਿਆਹ ਦੀ ਤਰੀਕ ਜਦੋਂ ਰੱਖੀ ਵੇ, ਉਹ ਖੁਸ਼ੀ ਮੁਟਿਆਰ ਕੋਲੋਂ ਗਈ ਨੀ ਉਹ ਚੱਕੀ ਵੇ, ਤੇਰੇ ਨਾਂ ਦੀ ਸ਼ੁਕੀਨਾ ਮੇਰੇ ਦਿਲ ਵਿੱਚ ਤਖੜੀ ਟੰਗੀ ਗਈ। ਉਹ ਮੈਨੂੰ ਕਮਲੀ ਨੂੰ ਆਏ ਬੜੇ ਰਿਸ਼ਤੇ, ਮੈਂ ਤੇਰੇ ਨਾਲ ਮੰਗੀ ਗਈ। ਉਹ ਤੇਰੇ ਨਾਲ ਚੁੱਪ ਰਵੇ ਫੱਪਦੀਆਂ ਮੈਂ, ਉਹ ਰਾਜੇ ਨਾਲ ਰਾਣੀ ਜਿਹੀ ਲੱਗਦੀਆਂ ਮੈਂ। ਉਹ ਤੇਰੇ ਨਾਲ ਚੁੱਪ ਰਵੇ ਫੱਪਦੀਆਂ ਮੈਂ, ਉਹ ਰਾਜੇ ਨਾਲ ਰਾਣੀ ਜਿਹੀ ਲੱਗਦੀਆਂ ਮੈਂ। ਕਿਆ ਬਾਤ, ਬਹੁਤ ਸਾਰੀਆਂ ਮੁਬਾਰਕਾਂ, ਸਾਰੰਗ 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 ਸਾਰੰਗ। ਮੇਰੀ ਗੱਲ ਸੁਣੀ ਸਰਦਾਰਾ, ਤੇ ਵੇਖੀ ਆਉਣਾ ਬੜਾ ਨਜ਼ਾਰਾ। ਇਹ ਤੁਹਾਡਾ ਮੁਕਾਬਲਾ ਹੋਣਾ ਹੁਣ, ਭੈਣ ਜੀ ਮੌਕੇ ਖੁਸ਼ੀ ਦੇ ਰੋਜ਼ ਨਹੀਂ ਆਉਂਦੇ ਹੈ। ਮੇਰੀ ਗੱਲ ਸੁਣੀ ਸਰਦਾਰਾ, ਉਹ ਵੇਖੀ ਆਉਣਾ ਬੜਾ ਨਜ਼ਾਰਾ, ਨਾ ਕੋਈ ਬਹਾਨਾ ਲੱਭਣਾ। ਵੇ ਤੂੰ ਨੱਚ ਬਰਾਬਰ ਮੇਰੇ ਪਤਾ ਤਾ ਲੱਗਣਾ, ਗੱਲ ਤੇਰੀ ਮੇਰੀ ਬਣ
ਜਿਵੇਂ ਨੂੰ ਕਰੇ ਤੇਰਾ ਤੇਰਾ ਸੰਗਤੀ ਦਾ ਦਿਲ ਵੀ ਕਮਾਲ ਨੱਚਿਆ, ਸੰਗਤੀ ਦਾ ਦਿਲ ਵੀ ਕਮਾਲ ਨੱਚਿਆ, ਜਦੋਂ ਸੇਰੇ ਵਾਲਾ ਮੁੰਡਾ ਚੌਵੀ ਘੰਟੇ ਸੱਸ ਮੇਰੀ ਰਹਿੰਦੀ ਹੋਣ ਲਾਈ, ਫੇਸਬੁੱਕ ਤੇ ਪੋਸਟ ਬਣਾਇਆ, ਉਮਰ ਚ ਕੀ ਰੱਖਿਆ ਉਹਨੇ ਲਿਖ ਕੇ ਸਟੇਟਸ ਪਾਇਆ। ਮੁੰਡਾ ਸੋਹਣਾ ਉੱਚਾ ਲੰਮਾ ਕੱਪੜੂ, ਭੂਆ ਜੀ ਨੇ ਸਾਥ ਲੱਭਿਆ, ਬੱਲੇ ਬੱਲੇ ਭੂਆ ਜੀ ਨੇ ਸਾਥ ਲੱਭਿਆ, ਸ਼ਾਬਾ ਸ਼ਾਬਾ ਭੂਆ ਜੀ ਨੇ ਸਾਥ ਲੱਭਿਆ। ਚੌਵੀ ਘੰਟੇ ਘਰੇ ਜਸੂਸੀ ਚੜਦੀ ਰਹਿੰਦੀ ਏ, ਚੌਵੀ ਘੰਟੇ ਘਰੇ ਜਸੂਸੀ ਚੜਦੀ ਰਹਿੰਦੀ ਏ, ਇੱਕ ਦੂਜੇ ਦੀ ਕਾਨਾ ਖੁਸ਼ੀ ਚੜਦੀ ਰਹਿੰਦੀ ਏ, ਇੱਕ ਦੂਜੇ ਦੀ ਕਾਨਾ ਖੁਸ਼ੀ ਚੜਦੀ ਰਹਿੰਦੀ ਏ। ਮੇਰਾ ਇੱਕੋ ਐ ਸਵਾਲ ਰੱਖੂ ਸਭ ਦਾ ਖਿਆਲ, ਇੱਕੋ ਐ ਸਵਾਲ ਰੱਖੂ ਸਭ ਦਾ ਖਿਆਲ, ਉਹ ਵਿੱਚ ਟੰਗ ਨਾ ਅੜਾਵੇ ਤੇਰੀ ਮਾਂ। ਮਾਂ ਜੀ ਕਰੀਏ ਕੀ, ਪੰਜਾਬ ਦਾ ਸਾਰਾ ਸੱਭਿਆਚਾਰ ਘੁੰਮ ਘੁਮਾ ਕੇ ਸੱਸਾਂ 'ਤੇ ਪੈ ਜਾਂਦਾ, ਲੇਕਿਨ ਅਸੀਂ ਇੱਥੇ ਇੱਕ ਬੋਲੀ ਬੋਲਦੇ ਹਾਂ, ਫਿਰ ਸੱਸਾਂ ਨੂੰ ਨਾ ਨਿੰਦੋ ਕੁੜੀਓ, ਸੱਸਾਂ ਹੁੰਦੀਆਂ ਧਰਮ ਦੀਆਂ ਮਾਂ, ਤੇ ਨਾਲੇ ਸੱਸਾਂ ਪੁੱਤ ਦਿੰਦੀਆਂ ਨਾਲੇ ਦਿੰਦੀਆਂ ਰਹਿਣ ਨੂੰ ਥਾਂ। ਮਾਂ ਜੀ ਨੂੰ ਪਿਆਰੀ ਕੀ ਪੁੱਤ, ਆਏ ਮੇਰੇ ਮਾਲਕ, ਆਏ ਮੇਰੀ ਮਾਂ, ਆਏ ਮੇਰੀ ਮਾਂ, ਆਏ ਮੇਰੀ ਮਾਂ। ਨਹੀਂ ਉਹ ਕਹਿੰਦੀ ਰੰਗਲੇ ਚੁਬਾਰੇ ਦੀਆਂ ਰੰਗਲੀਆਂ ਬਾਰੀਆਂ, ਉਹ ਪੁੱਤ ਨੇ ਪਿਆਰੇ ਨੂੰ ਪੁੱਤਾਂ ਨਾਲੋਂ ਪਿਆਰੀਆਂ, ਪੁੱਤਾਂ ਨਾਲੋਂ ਕੈਰ ਬਾਰ। ਲੇਕਿਨ ਇਹ ਫਿਰ ਬੋਲੀਆਂ ਕਿਉਂ ਬਣਾਈਆਂ, ਕੁੱਕੜੀ ਉਹ ਲੈਣੀ ਉਹ ਜਿਹੜੀ ਕੁੜ ਕੁੜ ਕਰਦੀ ਏ, ਮੈਂ ਸੋਰੇ ਨਹੀਂ ਜਾ। ਨਹੀਂ 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 ਨਹੀਂ, ਸਾਡੀ ਕੁੱਕੜੀ ਕੀ ਕਹਿੰਦੀ ਉਹ ਸੁਣ ਕੇ ਜ਼ਰਾ। ਕੁੱਕੜੀ ਉਹ ਲੈਣੀ ਜਿਹਨੂੰ ਗਰਮੀ ਲੱਗੇ ਨਾ ਸਰਦੀ, ਤੇ ਸੱਸ ਮੇਰੀ ਮਾਂ ਵਰਗੀ, ਵੇ ਸੱਸ ਮੇਰੀ ਮਾਂ ਵਰਗੀ ਤੇ ਮੈਨੂੰ ਰੋਕ ਟੋਕ ਨਾ ਕਰਦੀ, ਸੱਸ ਮੇਰੀ ਮਾਂ ਵਰਗੀ। ਕਹਿੰਦੀ ਸਦਕੇ ਮੈਂ ਜਾਵਾਂ ਇਹਦੀ ਦਿੱਤੀ ਹੋਈ ਛੂਟ ਨੂੰ, ਉਹ ਟੀਵੀ ਲਾ ਕੇ ਕੋਲ ਰੱਖ ਦਿੰਦੀ।